ਇੰਚ ਦਾ ਕੀ ਪ੍ਰਾਈਸ ਆ ਸਰ 500 ਰੁਪਏ ਇੰਚ ਆ 500 ਰੁਪਏ ਇੰਚ ਆ ਠੀਕ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਮਗੜੇ ਟਰਬਨ ਜੋ ਕਿ ਆਪ ਬਹੁਤ ਸਾਰਾ ਪਿਆਰ ਦਿੰਦੇ ਹੋ ਆਪਣਾ ਆਈਡੀ ਨੂੰ ਰਾਮਗੜੇ ਟਰਬਨ ਵਾਲੀ ਤੇ ਆਪਾਂ ਤੁਹਾਡੇ ਲਈ ਫਸਟ ਬਲੌਗ ਲੈ ਕੇ ਆਏ ਹਾਂ ਤੇ ਡੀਕੇ ਆਪਣਾ ਭਰਾ ਟੈਟੂ ਆਰਟਿਸਟ ਆਪਾਂ ਹੁਣ ਉਹਦੇ ਕੋਲ ਚੱਲੇ ਹਾਂ ਨਾਲ ਸਾਡਾ ਭਰਾ ਹਰਚਰਨ ਕ੍ਰੀਏਟਿਵ ਸਰਦਾਰ ਆਪਣਾ ਭਰਾ ਜੋ ਕਿ ਇਸ ਟਾਈਮ ਸੋਸ਼ਲ ਮੀਡੀਆ 'ਤੇ ਵੀ ਆਪਣਾ ਭਰਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਦੱਬ ਕੇ ਸਪੋਰਟ ਕਰੋ ਅਤੇ ਬਾਈ ਦਾ ਪਹਿਲਾ ਵਲੋਗ ਆ ਹੈ ਨਾ ਕਿਉਂਕਿ ਨਾ ਬਹੁਤ ਜ਼ਿਆਦਾ ਗਏ ਜਿਹਨਾਂ ਨੂੰ ਇੱਦਾਂ ਸਪੋਰਟ ਦੀ ਜ਼ਰੂਰਤ ਆ ਅਤੇ ਸਪੋਰਟ ਕਰੋ ਯਾਰ ਭਰਾਵਾਂ ਆਪਣਾ ਨਾ ਅਤੇ ਬਾਕੀ ਹੁਣ ਆਪਾਂ ਵਲੋਗ ਨੂੰ ਕਰਦੇ ਹਾਂ ਕਰਦੇ ਹਾਂਜੀ ਹੁਣ ਆਪਾਂ ਚੱਲ ਪਏ ਆਪਣੇ ਭਰਾ ਕੋਲ ਟੈਟੂ ਆਰਟਿਸਟ ਕੋਲ ਅਤੇ ਸਭ ਤੋਂ ਪਹਿਲਾਂ ਆਪਣੀ ਗੱਡੀ ਦਾ ਹੋਇਆ ਹੈ ਪੈਟਰੋਲ ਖਤਮ ਅਸੀਂ ਚੱਲਾਂਗੇ ਪੈਟਰੋਲ ਪੰਪ 'ਤੇ ਅਤੇ ਪੈਟਰੋਲ ਪਵਾ ਕੇ ਫਿਰ ਅੱਗੇ ਤੁਹਾਨੂੰ ਚੱਲਦੇ ਹਾਂ ਬਾਈ ਕੋਲ ਪੈਟਰੋਲ ਦਿਖਾ ਦਿਓ ਕਿੰਨਾ ਕੁ ਆਪਣੀ ਹਾਇਆ ਪੁੱਛ ਦਾ ਪੈਟਰੋਲ ਚੈੱਕ ਕਰੋ ਇੱਕ ਵਾਰੀ ਹਾਂ ਅਤੇ ਬਾਕੀ ਮਿੱਤਰ ਹੁਣ ਜਾ ਕੇ ਮਿਲਦੇ ਹਾਂ ਨਾ ਕੀ ਸਿਸਟਮ ਉੱਥੇ ਸਾਰਾ ਅਤੇ ਬਾਈ ਉਹਨਾਂ ਨੇ ਪ੍ਰਮੋਸ਼ਨ ਹੀ ਕਰਨੀ ਆ ਅਤੇ ਬਾਕੀ ਹੁਣ ਦੇਖਦੇ ਹਾਂ ਕੀ ਸਿਸਟਮ ਆ ਸਾਰਾ ਹਾਲੇ ਵੀਰੇ ਨੇ ਸ਼ੁਰੂ ਹੀ ਕੀਤਾ ਨਾ ਹਾਂਜੀ ਹਾਂਜੀ ਸ਼ੁਰੂ ਕੀਤਾ ਵਾ ਅਤੇ ਦੇਖਦੇ ਹਾਂ ਬਾਕੀ ਕੀ ਮੋਲ ਚਾਲ ਓਪਨ ਕੀਤੀ ਆ ਬਾਈ ਨੇ ਹਾਂ ਅਤੇ ਬਾਕੀ ਬਹੁਤ ਸੋਹਣੇ ਟੈਟੂ ਬਣਾਉਂਦਾ ਵਾ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਮਿਲ ਚੁੱਕਿਆ ਵਾਂ ਬਾਈ ਨੂੰ ਅਤੇ ਨਾਲੇ ਬਾਕੀ ਜਦੋਂ ਜਾ ਕੇ ਮਿਲਾਉਂਦੇ ਹਾਂ ਠੀਕ ਅਤੇ ਸਭ ਤੋਂ ਪਹਿਲਾਂ ਆਪਾਂ ਪੈਟਰੋਲ ਪਵਾਵਾਂਗੇ ਹਾਂਜੀ ਹੁਣ ਅਸੀਂ ਪਹੁੰਚ ਗਏ ਜੀ ਅੱਧੇ ਰਸਤੇ 'ਚ ਹਾਂਜੀ ਵੀ ਮਤਲਬ ਫਾਈਨਲੀ ਅਸੀਂ ਪੈਟਰੋਲ ਪੰਪ ਪਹੁੰਚ ਚੁੱਕੇ ਹਾਂ ਇੱਕ ਤਾਂ ਲਾਈਨ ਬਹੁਤ ਜ਼ਿਆਦਾ ਲੱਗੀ ਹੁੰਦੀ ਹੈ ਹੈ ਨਾ ਪੈਟਰੋਲ ਪੰਪ 'ਤੇ ਗੁੱਸਾ ਚੜ ਜਾਂਦਾ ਹੈ ਨਾ ਹਾਂਜੀ ਆਪਣੇ ਕ੍ਰੀਏਟਿਵ ਬਾਈ ਪੈਟਰੋਲ ਪਵਾਉਣ ਲੱਗੇ ਨੇ ਹੁਣ ਅਤੇ ਆ ਲਓ ਕਰੇ ਬਾਈ ਅੱਗੇ ਮਾੜੀ ਫੁੱਲ ਕਰਦੀ ਯਾਰ ਸੋ ਦਾ ਹੋ ਗਿਆ ਸੋ ਦਾ ਫਿਰ ਠੀਕ ਆ ਆਪਾਂ ਪੈਟਰੋਲ ਦਾ ਪਵਾ ਲਿਆ ਜੀ ਅਸੀਂ ਨਿਕਲ ਗਏ ਹਾਂ ਅਤੇ ਦੋ ਤਿੰਨ ਮਿੰਟ ਦਾ ਰਸਤਾ ਵਾ ਬਾਈ ਦੇ ਸ਼ੋਪ ਦਾ ਘਰ ਯਾਨੀ ਕਿ ਸ਼ੋਪ ਖੁੱਲ੍ਹੀ ਹੋਈ ਆ ਬਾਈ ਨੇ ਅਤੇ ਜਲਦੀ ਤੋਂ ਜਲਦੀ ਜਾ ਕੇ ਆਪਾਂ ਤੁਹਾਨੂੰ ਬਾਈ ਨਾਲ ਮਿਲਾਉਂਦੇ ਹਾਂ ਆ ਜਾਓ ਫਿਰ ਲਓ ਜੀ ਕਾਫੀ ਟਾਈਮ ਹੋ ਗਿਆ ਯਾਰ ਆਪਾਂ ਦੋ ਤਿੰਨ ਗੱਡੀਆਂ ਗਾਹਤੀ ਆ ਸੱਪ ਹੀ ਬਣੀ ਜਾ ਰਹੀ ਹੈ ਇੱਥੇ ਲਾ ਦੇ ਸਾਈਡ 'ਤੇ ਕਿਤੇ ਵੀ ਇੱਥੇ ਲਾ ਦੇ ਇੱਥੇ ਲਾ ਦੇ ਹੁਣ ਆਪਾਂ ਲਾ ਦਈਏ ਗੱਡੀ ਇੱਥੇ ਸਾਈਡ 'ਤੇ ਸਾਡਾ ਭਰਾ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਭਰਾ ਕੋਲ ਡੀਕੇ ਆਰਟਿਸਟ ਟੈਟੂ ਆਰਟਿਸਟ ਆਈਓ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਆਪਣੇ ਭਰਾ ਨੂੰ ਬਹੁਤ ਸੋਹਣੇ ਟੈਟੂ ਬਣਾਉਂਦਾ ਭਰਾ ਕ੍ਰੀਏਟਿਵ ਸਰਦਾਰ ਆਪਣਾ ਭਰਾ ਬਾਈ ਦਾ ਛੋਟਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਪੋਰਟ ਕਰਨੀ ਆ ਪੂਰੀ ਵੀਡੀਓ ਨੂੰ ਅਤੇ ਭਰਾ ਕੋ ਵੀ ਟੈਟੂ ਜ਼ਰੂਰ ਬਣਵਾਉਣ ਆਉਣਾ ਬਹੁਤ ਸੋਹਣੇ ਟੈਟੂ ਜਿਹੜੀ ਗੇਮ ਉੱਥੇ ਆ ਨਾ ਉਹ ਇੱਥੇ ਆਉਣੀ ਚਾਹੀਦੀ ਆ ਬਾਕੀ ਬਹੁਤ ਸੋਹਣਾ ਪਰਮਾਤਮਾ ਤੇਰੇ ਤਰੱਕੀਆਂ ਬਖਸ਼ੇ ਭਰਾ ਬਾਕੀ ਜਿਹੜੇ ਜਿਹੜੇ ਵੀਰ ਆ ਵੀਡੀਓ ਦੇਖ ਰਿਹਾ ਨਾ ਮੈਂ ਕਹਿੰਦਾ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਨੂੰ ਵੀ ਤਾਂ ਭਰਾ ਨੂੰ ਵੀ ਹਾਂ ਭਰਾ ਦੇ ਥੈਂਕ ਯੂ ਭਰਾ ਥੈਂਕ ਯੂ ਬਹੁਤ ਬਹੁਤ ਤੇਰਾ ਪੜਦਾ ਕੀ ਵੀਰੇ ਦਿਖਾਏ ਮੜਾ ਯਾ ਦਿਖਾਏ ਖੁਦ ਕੇ ਅੱਛਾ ਹਲੇ ਵਰਕਿੰਗ ਦੇ ਵਿੱਚ ਆ ਠੀਕ ਆ ਓਕੇ ਪੈਂਡਿੰਗ ਵਰਕ ਆ ਪੈਂਡਿੰਗ ਵਰਕ ਬਹੁਤ ਸੋਹਣਾ ਵਧੀਆ ਭਰਾ ਟੈਟੂ ਬਣਾਉਂਦਾ ਬਹੁਤ ਬਹੁਤ ਸੋਹਣੇ ਬਣਾਉਂਦਾ ਜੀ ਵੀਰੇ ਆਪਣੇ 1 ਇੰਚ ਦਾ ਕੀ ਪ੍ਰਾਈਸ ਆ ਸਰ 500 ਰੁਪਏ ਇੰਚ ਆ 500 ਰੁਪਏ ਇੰਚ ਆ ਠੀਕ ਆ ਬਿਲਕੁਲ ਜਾਇਜ਼ ਆ ਹਨਾ ਬਿਲਕੁਲ ਜਾਇਜ਼ ਆ ਚੀਪ ਰੇਟ ਆ ਓਨਲੀ ਚੀਪ ਰੇਟ ਆ ਹਾਂਜੀ ਚੀਪ ਰੇਟ ਆ ਆਪਾਂ ਜਦੋਂ ਕਿਤੇ ਬਾਹਰ ਜਾਂਦੇ ਆ ਹਨਾ ਤੇ ਆਪਾਂ ਨੂੰ ਇਦਾਂ 1000 2000 ਤੋਂ ਘੱਟ ਜਾਂ 1500 ਤੋਂ ਘੱਟ ਇੰਚ ਮਿਲਦਾ ਨਹੀਂਗਾ ਤੇ ਬਾਈ ਉਹਨਾਂ ਨੇ 500 ਰੁਪਏ ਇੰਚ ਰੱਖਿਆ ਹੋਇਆ ਯਾਰ ਤੁਸੀਂ ਆ ਸਕਦੇ ਹੋ ਤੇ ਬਾਈ ਆਪਣਾ ਇੱਕ ਵਾਰੀ ਕੰਟੈਕਟ ਨੰਬਰ ਬੋਲ ਦਿਓ ਹਨਾ 9780394908 ਠੀਕ ਹੈ ਇੱਕ ਵਾਰੀ ਐਡਰੈਸ ਵੀ ਸਮਝਾ ਦਿਓ ਹਾਊਸ ਨੰਬਰ 915 ਫੀਲਡ ਗੰਜ ਕੁਚਾ ਨੰਬਰ 12
ਨੀਅਰ ਦੁਖਨੇ ਵਾਲਾ ਗੁਰਦੁਆਰਾ ਠੀਕ ਆ ਬਾਈ ਉਹਨਾਂ ਨੇ ਯਾਰ ਪੂਰੀ ਦਵਾ ਕੇ ਸਪੋਰਟ ਕਰਿਆ ਹਨਾ ਯਾਰ ਬਾਈ ਉਹਨੇ ਨਵੇਂ ਨਵੇਂ ਹਾਂ ਬਹੁਤ ਸੋਹਣੇ ਸੋਹਣੇ ਟੈਟੂ ਬਣਾਉਂਦਾ ਬਾਈ ਬਾਕੀ 6 ਮਹੀਨੇ ਪਹਿਲਾਂ ਆਇਆ ਸੀਗਾ ਭਰਾ ਕੋ ਦੇਖ ਲਓ ਅੱਛਾ 6 ਮਹੀਨੇ ਪਹਿਲਾਂ ਇਹ ਟੈਂਪਰਰੀ ਬਣਾਇਆ ਸੀ ਪਰ ਠੀਕ ਆ ਘਰ ਦੇ ਬੋਲਦੇ ਜਾਨਕਿ ਨਹੀਂ ਬਣਾ ਦਿੰਦੇ ਪੱਕਾ ਹਾਂ ਤੇ ਤਾਂ ਕਰਕੇ ਫਿਰ ਭਰਾ ਕੋ ਆ ਸੀਗਾ ਤੇ ਹੁਣ 6 ਮਹੀਨੇ ਬਾਅਦ ਭਰਾ ਕੋ ਆਇਆ ਮੈਂ ਤੇ ਭਰਾ ਨੇ ਨਵੀਂ ਸ਼ੋਅ ਓਪਨ ਕੀਤੀ ਘਰ 'ਚ ਹੀ ਠੀਕ ਆ ਬਹੁਤ ਸੋਹਣਾ ਕੰਮ ਆ ਬਾਈ ਦਾ ਟੈਟੂ ਮੈਂ ਕਹਿੰਦਾ ਕੈਂਟ ਜ਼ਰੂਰ ਮਿਲੋ ਬਾਈ ਨੂੰ ਆਣ ਕੇ ਮੈਂ ਕਹਿੰਦਾ ਇੱਕ ਵਾਰੀ ਤੁਹਾਨੂੰ ਵੀ ਪਤਾ ਲੱਗ ਜਾਣਾ ਬਾਈ ਦਾ ਟੈਟੂ ਕੰਪਲੀਟ ਹੋ ਚੱਲਾ ਵਾ ਬਸ ਥੋੜ੍ਹਾ ਜਿਹਾ ਸ਼ੇਡਿੰਗ ਦਾ ਕੰਮ ਰਹਿ ਗਿਆ ਤੇ ਆਲਮੋਸਟ ਬਾਈ ਇਹਨਾਂ ਦਾ ਜਿਹੜਾ ਟੈਟੂ ਹੈਗਾ ਕੰਪਲੀਟ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਫਿਨਿਸ਼ਿੰਗ ਆ ਚੁੱਕੀ ਹੈ ਚੀਜ਼ ਦੇ ਵਿੱਚ ਹੈ ਨਾ ਅਤੇ ਕਾਫੀ ਨਾਲ ਪਹਿਲਾਂ ਨਾਲ ਤਾਂ ਕਾਫੀ ਸਫਾਈ ਆਈ ਹੈ ਦੇਖੋ ਤੁਸੀਂ ਬਿਲਕੁਲ ਸੇਮ ਹੀ ਭਾਈ ਉਹਨਾਂ ਨੇ ਤਾਰਤਾ ਵਾ ਕਿਆ ਟੈਲੈਂਟ ਆ ਹੈ ਨਾ ਅਤੇ ਬਾਈ ਤੁਸੀਂ ਕਿੱਥੋਂ ਆਏ ਹੋ ਮੈਂ ਫੀਲਡਗੰਜ ਤੋਂ ਮਤਲਬ ਲਾਗੇ ਰਹਿੰਦੇ ਹੋ ਬਾਈ ਉਹਨੇ ਲਾਗੇ ਰਹਿੰਦੇ ਨੇਗੇ ਅਤੇ ਦੇਖੋਗੇ ਤੁਸੀਂ ਵੀ ਤਾਂ ਕਿੰਨੀ ਵਾਰ ਬਣਵਾ ਰਹੇ ਹੋ ਪਹਿਲਾਂ ਵੀ ਬਣਵਾਇਆ ਕਦੀ ਪਹਿਲਾਂ ਇਹ ਬਣਵਾਇਆ ਅੱਛਾ ਪਹਿਲਾਂ ਇਹ ਬਣਵਾਇਆ ਦਿਖਾਇਓ ਮਾੜਾ ਜਿਹਾ ਪਹਿਲਾਂ ਵਾਲਾ ਤਾਂ ਕਦੋਂ ਬਣਵਾਇਆ ਸੀ ਭਾਅ ਜੀ ਇਹ 5 ਸਾਲ ਹੋ ਗਏ ਦੇਖੋ ਯਾਰ ਕਿੰਨਾ ਸੋਹਣਾ ਫਿਰ ਵੀ ਹਾਲੇ ਕੰਡੀਸ਼ਨ ਦੇ ਵਿੱਚ ਹੈਗਾ ਵਾ ਥੋੜ੍ਹਾ ਜਿਹਾ ਡੱਲ ਹੋ ਗਿਆ ਵਾ ਪਰ ਕੰਡੀਸ਼ਨ ਪੂਰੀ ਵਧੀਆ ਵਾ ਹਨਾ ਤੇ ਬਾਕੀ ਤੁਸੀਂ ਇੱਧਰ ਦੇਖੋ ਵੀ ਕਲਰਿੰਗ ਕਰਦੇ ਹੋ ਨਾ ਇਸ ਟਾਈਮ ਰੈੱਡ ਕਲਰ ਦੀ ਹਾਂਜੀ ਹਾਂਜੀ ਵੀਰੇ ਸ਼ੇਰ ਵੀਰਾ ਕਹਿੰਦਾ ਮੈਂ ਆਪਣੀ ਰੈੱਡ ਕਲਰ ਦੀ ਬਣਵਾਉਂਗਾ ਹੈ ਬਹੁਤ ਵਧੀਆ ਅੱਧਾ ਘੰਟਾ ਹੋ ਗਿਆ ਆਪਾਂ ਬਾਈ ਦੀ ਵੇਟ ਕਰਦੇ ਅੱਧੇ ਨਾਲ ਜ਼ਿਆਦਾ ਹੀ ਹੋ ਗਿਆ 45 ਹੋ ਗਿਆ ਹਨਾ 45-50 ਮਿੰਟ ਹੋ ਚੁੱਕੇ ਨੇ ਤੇ ਬਾਕੀ ਹੁਣ ਥੋੜ੍ਹਾ ਜਿਹਾ ਰਹਿ ਗਿਆ ਵਾ ਜਦੋਂ ਕੰਪਲੀਟ ਹੋਊਗਾ ਪ੍ਰੋਪਰ ਤਰੀਕੇ ਨਾਲ ਦਿਖਾਉਂਦੇ ਆ ਹਨਾ ਸਿੱਧੂ ਮੂਸੇ ਵਾਲੇ ਬਾਈ ਦੀ ਵੀ ਫੋਟੋ ਇਹਨੇ ਛਾਪੀ ਸੀਗੀ ਹੋਰ ਵੀ ਬਹੁਤ ਸਾਰੇ ਟੈਟੂ ਤੇ ਆਹ ਬਾਈ ਦੀ ਡਰਾਇੰਗ ਚੈੱਕ ਕਰੋ ਬਹੁਤ ਸੋਹਣੀ ਡਰਾਇੰਗ ਬਣਾਈ ਹੋਈ ਹੈ ਬਾਈ ਨੇ ਦੇਖੋ ਕਿਆ ਬਾਤ ਹੈ ਹਨਾ ਦੇਖੋ ਕਿੰਨੀ ਸੋਹਣੀ ਡਰਾਇੰਗ ਬਾਈ ਨੇ ਛਾਪੀ ਹੋਈ ਹੈ ਮੈਂ ਕਹਿੰਦਾ ਸਫਾਈ ਹੈ ਦੇਖੋ ਮੈਂ ਕਹਿੰਦਾ ਘੈਂਟ ਆ ਦੇਖੋ ਬਾਈ ਦੇ ਮੈਂ ਕਹਿੰਦਾ ਟੈਟੂ ਹੈ ਇਹ ਆਈਜ਼ ਨੇ ਹਨਾ ਮਿਹਨਤ ਆ ਬਾਈ ਦੀ ਬਹੁਤ ਮਿਹਨਤ ਕਰਦਾ ਬਾਈ ਆਪਣਾ ਸਿੱਧੂ ਬਾਈ ਆ ਗਿਆ ਜੀ 295 ਹੈ ਕੋਈ ਹੋਰ ਚਲੋ ਬਾਕੀ ਯਾਰ ਤੁਸੀਂ ਦੇਖੋ ਨਾ ਕਿੰਨੇ ਜ਼ਿਆਦਾ ਟੈਲੈਂਟ ਆ ਬਾਈ ਇਹਨਾਂ ਦੇ ਵਿੱਚ ਤੁਸੀਂ ਇੱਕ ਵਾਰੀ ਆ ਕੇ ਜ਼ਰੂਰ ਚੈੱਕ ਕਰਿਓ ਅਤੇ ਬਾਕੀ ਵੀਰ ਇਹਨਾਂ ਨੇ ਐਡਰੈਸ ਵੀ ਦੱਸਤਾ ਵਾ ਅਤੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ ਹੈ ਨਾ ਬਾਕੀ ਦੇਖੋ ਯਾਰ ਆਰਟ ਕਿੰਨਾ ਵਧੀਆ ਵੀਡੀਓ ਨਹੀਂ ਹਾਲੇ ਇਸ ਟਾਈਮ ਕੰਪਲੀਟ ਹੋਣ ਵਾਲਾ ਹੀ ਆ ਥੋੜ੍ਹੇ ਜਿਹਾ ਰਹਿ ਗਿਆ ਬਸ ਥੋੜ੍ਹੇ ਜਿਹਾ ਰਹਿ ਗਿਆ ਵਾ ਅਤੇ ਬਾਕੀ ਸਫਾਈ ਵੀ ਪੂਰੇ ਵੀਡੀਓ ਨਹੀਂ ਖਿਆਲ ਰੱਖਦੇ ਨੇ ਹਾਂਜੀ ਬਾਈ ਦਾ ਟੈਟੂ ਕੰਪਲੀਟ ਹੋ ਚੁੱਕਾ ਵਾ ਅਤੇ ਆਜੋ ਫਿਰ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਅਤੇ ਬਾਕੀ ਤੁਸੀਂ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰਿਓ ਯਾਰ ਕਾਫੀ ਵਧੀਆ ਭਾਈ ਦਾ ਨੇਚਰ ਆ ਅਤੇ ਹੋਰ ਵੀ ਕਾਫੀ ਕੁਛ ਜਾਣਨਾ ਨਾ ਮਤਲਬ ਜੈਨੂਅਨ 500 ਰੁਪਏ ਇੰਚ ਮਤਲਬ ਹੈਗਾ ਵਾ ਹੈ ਨਾ ਸਿਰਫ 500 ਰੁਪਏ ਇੰਚ ਆ ਅਤੇ ਬਾਕੀ ਜੇ ਤੁਸੀਂ ਹੋਰ ਕਿਤੇ ਜਾਓਗੇ ਤੁਹਾਨੂੰ ਬਹੁਤ ਜ਼ਿਆਦਾ ਹਾਈ ਕੋਸਟ ਮਿਲੂਗੀ ਹੈ ਨਾ ਆਪਣੀ 1 ਇੰਚ ਦੀ ਅਤੇ ਬਾਕੀ ਖੇਡ ਬਾਈ ਹੋਣੀ ਇੱਥੇ ਵਲੋਗ ਹੈ ਨਾ ਹਾਂਜੀ ਖਤਮ ਕਰ ਦਿੰਦੇ ਹਾਂ ਨਾ ਅਤੇ ਬਾਕੀ ਜੇ ਵਲੋਗ ਵਧੀਆ ਲੱਗਿਆ ਹੋਊਗਾ ਸਾਨੂੰ ਕਮੈਂਟ ਹੋਏ ਜ਼ਰੂਰ ਕਮੈਂਟ ਕਰਕੇ I feel nauseous, believe me. Never had a lot of shit come easy. Had to work hard, struggle just to be me. Had to rise up just so they could see me. Did what I had to do just to feed me. And what was left over I put towards my dreaming. But the only thing in life that has meaning are the things you gotta work for, believe me. Take into your hands a plan. Your own hands can land your own brand. And damn, I feel like no